ਜਦੋਂ ਅਸੀਂ ਪਿਛਲੇ ਇਤਿਹਾਸ ਵੱਲ ਦੇਖਦੇ ਹਾਂ ਕਿ ਸਿੱਧੂ ਨੇ ਹਮੇਸ਼ਾ ਮੌਕਾ ਪ੍ਰਸਤੀ ਦੀ ਇਹ ਗੱਲ ਕੀਤੀ ਆ, ਉਹਨੇ ਹਰ ਇੱਕ ਬੰਦੇ ਨੂੰ ਸਮੇਂ ਸਮੇਂ ਸਿਰ ਵਰਤ ਕੇ ਸਿਰਫ ਆਪਣੀ ਨਿੱਜੀ ਸੋਚ ਨੂੰ ਉਹਨੇ ਸਾਹਮਣੇ ਜਿਹੜਾ ਉਹ ਰੱਖਿਆ। ਸਿੱਧੂ ਮੌਕਾ ਪ੍ਰਸਤ ਹੈ, ਉਸਨੇ ਹਰ ਕਿਸੇ ਨੂੰ ਆਪਣੇ ਫਾਇਦੇ ਲਈ ਵਰਤਿਆ ਹੈ। ਸਿੱਧੂ ਨੇ ਅਟਲ ਜੀ ਦੇ ਸੰਸਕਾਰ ਦੀ ਬਜਾਏ ਪਾਕਿਸਤਾਨ ਦੌਰੇ 'ਤੇ ਜਾਣ ਨੂੰ ਤਰਜੀਹ ਦਿੱਤੀ ਹੈ, ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਇਹ ਕਹਿਣਾ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਨੇਤਾ ਸੋਹਨ ਸਿੰਘ ਠੰਡਲ ਦਾ। ਸਿੱਧੂ ਦੇ ਪਾਕਿਸਤਾਨ ਦੌਰੇ 'ਤੇ ਸਿਆਸਤ ਗਰਮਾਉਂਦੀ ਜਾ ਰਹੀ ਹੈ। ਉੱਥੇ ਠੰਡਲ ਨੇ ਬਹਿਬਲ ਕਲਾਂ ਸੰਬੰਧੀ ਜਸਟਿਸ ਰਣਜੀਤ ਸਿੰਘ ਰਿਪੋਰਟ 'ਤੇ ਸਵਾਲ ਉਠਾਉਂਦਿਆਂ ਇਸ ਨੂੰ ਕਾਂਗਰਸ ਦੀ ਸਾਜਿਸ਼ ਕਰਾਰ ਦਿੱਤਾ ਹੈ। ਜਦੋਂ ਅਸੀਂ ਪਿਛਲੇ ਇਤਿਹਾਸ ਵੱਲ ਦੇਖਦੇ ਹਾਂ ਕਿ ਸਿੱਧੂ ਨੇ ਹਮੇਸ਼ਾ ਮੌਕਾ ਪ੍ਰਸਤੀ ਦੀ ਹੀ ਗੱਲ ਕੀਤੀ ਆ, ਉਹਨੇ ਹਰ ਇੱਕ ਬੰਦੇ ਨੂੰ ਸਮੇਂ ਸਮੇਂ ਸਿਰ ਵਰਤ ਕੇ ਸਿਰਫ ਆਪਣੀ ਨਿੱਜੀ ਸੋਚ ਨੂੰ ਉਹਨੇ ਸਾਹਮਣੇ ਜਿਹੜਾ ਉਹ ਰੱਖਿਆ। ਸੋ ਇਹਦੀ ਸਾਰੇ ਹਿੰਦੁਸਤਾਨ ਵਿੱਚ ਵੀ ਅਸੀਂ ਸਾਰੇ ਇਸ ਗੱਲ ਦੀ ਬੜੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਕਿ ਪਾਕਿਸਤਾਨ ਫਿਰ ਵੀ ਜਾਇਆ ਜਾ ਸਕਦਾ ਸੀ ਜੇ ਉਹਦੀ ਕੋਈ ਆਪਣੀ ਨਿੱਜੀ ਕੋਈ ਦੋਸਤੀ ਸੀਗੀ, ਪਰ ਜਦ ਪਾਕਿਸਤਾਨ ਦੇ ਸੰਬੰਧ ਸਾਡੇ ਨਾਲ ਚੰਗੇ ਨਹੀਂ, ਸਾਡੇ ਜੇ ਅੱਜ ਸਾਰੀ ਦੁਨੀਆ ਵਿੱਚ ਕਿਸੇ ਕੰਟਰੀ ਦੇ ਨਾਲ ਸਾਡੀ ਦੁਸ਼ਮਣੀ ਆ, ਤਾਂ ਨੰਬਰ ਇੱਕ 'ਤੇ ਪਾਕਿਸਤਾਨ ਆ। ਸੋ ਆਪਣੇ ਦੇਸ਼ ਦੀ ਦੁੱਖ ਨੂੰ, ਸਾਬਕਾ ਪ੍ਰਧਾਨ ਮੰਤਰੀ ਦੁੱਖ ਨੂੰ ਨਾ ਸਮਝਦੇ ਹੋਏ ਉੱਧਰ ਨੂੰ ਜਾਣਾ, ਇਹ ਬਹੁਤ ਹੀ ਜਿਹੜਾ ਉਹਦਾ ਇੱਕ ਸਿੱਧੂ ਸਾਹਿਬ ਦਾ ਜੋ ਜਿਵੇਂ ਪਹਿਲਾਂ ਕਿਹਾ ਕਿ ਆਪਣੀ ਸੋਚ ਦਾ ਉਹਦੀ ਗੱਲ ਵਾ, ਉਹਨੂੰ ਕਿਸੇ ਦੇ ਦੁੱਖ ਸੁੱਖ ਵਿੱਚ ਕੋਈ ਜਿਹੜੀ ਉਹਦੀ ਸੋਚ ਨਹੀਂ ਹੈਗੀ, ਇਹ ਬੜੀ ਮੰਦਭਾਗੀ ਗੱਲ ਆ। ਬਿਲਕੁਲ ਹੈ ਨਹੀਂ, ਨਾ ਕੋਈ ਉਹਦੀ ਪਰਸਨੈਲਿਟੀ ਆ, ਨਾ ਇਹਨੂੰ ਕਿਸੇ ਕਾਨੂੰਨ ਦਾ, ਉਹ ਅਵਤਾਰ ਨੂੰ ਵੀ ਇੱਥੇ ਲੈ ਜਾਂਦਾ, ਉਹ ਵੀ ਉਹ ਜਿੰਨੇ ਵੀ ਬੰਦੇ ਹੈਗੇ ਨਾ ਸਾਰੇ ਮਤਲਬ ਲੋਕਾਂ। ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਬੇਨਤੀ ਕਰਨੀ ਚਾਹੁੰਦਾ ਕਿ ਜੋ ਜਸਟਿਸ ਰਣਜੀਤ ਸਿੰਘ ਨੂੰ ਕਮਿਸ਼ਨ ਰਿਜੋਰਟ ਕੀਤਾ ਸੀ ਬਰਗਾੜੀ ਕਾਂਡ ਬੈਰਪਲ ਕਲਾਂ ਦੇ ਕਾਂਡ ਦੇ ਵਿੱਚ, ਉਸ ਵੇਲੇ ਜਦੋਂ ਇਹ ਵਾਕਿਆ ਹੋਇਆ ਤਾਂ ਸਾਰੇ ਸਮੁੱਚੇ ਸਿੱਖ ਜਗਤ ਦਾ, ਪੰਜਾਬੀਆਂ ਦਾ ਜਿਹੜਾ ਸਾਰਿਆਂ ਨੂੰ ਬਹੁਤ ਬੜੀ ਠੇਸ ਪਹੁੰਚੀ ਸੀ। ਸਾਡੀ ਸ਼੍ਰੋਮਣੀ ਅਕਾਲੀ ਦਲ BJP ਦੀ ਸਰਕਾਰ ਨੇ ਉਸ ਵੇਲੇ ਵੀ SIT ਵੀ ਬਿਠਾ ਲਈ ਸੀ, ਉਹਦੀ ਸਾਰੀ ਜਿਹੜੀ ਆ ਅਸੀਂ ਇਨਕੁਆਇਰੀ ਵੀ ਜਿਹੜੀ ਆ ਉਹ ਮਾਰਕ ਕੀਤੀ ਸੀ, ਔਰ ਉਹ ਮਾਰਕ ਹੋਣ ਤੋਂ ਬਾਅਦ ਕੁਦਰਤੀ ਗੱਲ ਸੀ ਕਿ ਸਰਕਾਰ ਬਦਲ ਗਈ। ਨਵੀਂ ਸਰਕਾਰ ਨੇ ਸਾਡੀ ਉਸ ਇਨਕੁਆਇਰੀ ਨੂੰ SIT ਨੂੰ ਨਜ਼ਰਅੰਦਾਜ਼ ਕਰਕੇ ਜਸਟਿਸ ਰਣਜੀਤ ਸਿੰਘ ਨੂੰ ਨਵਾਂ ਕਮਿਸ਼ਨ ਨਿਯੁਕਤ ਕੀਤਾ। ਸਾਨੂੰ ਉਸ ਦਿਨ ਵੀ ਸ਼ੰਕਾ ਸੀ ਕਿ ਜਸਟਿਸ ਰਣਜੀਤ ਸਿੰਘ ਇੱਕ ਇਹਨਾਂ ਦੇ ਜਿਹੜੇ ਸੰਬੰਧ ਆ ਉਹ ਕਾਂਗਰਸ ਪਾਰਟੀ ਨਾਲ ਔਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੁੜੇ ਹੋਏ ਆ, ਔਰ ਇਹ ਜਿਹੜੇ ਆ ਖਹਿਰਾ ਸਾਹਿਬ ਦੇ ਰਿਸ਼ਤੇਦਾਰ ਵੀ ਆ, ਜਿਹੜੇ ਅੰਦਰ ਖਾਤੇ ਪਹਿਲਾਂ ਕਾਂਗਰਸ ਦੇ ਲੰਬਾ ਸਮਾਂ ਅਹੁਦੇਦਾਰ ਰਹੇ ਆ। ਸੋ ਇਸ ਕਰਕੇ ਪਰ ਉਹ ਜਿਹੜੀ ਰਿਪੋਰਟ ਉਹਨਾਂ ਦੀ ਆਈ ਆ, ਉਹਨਾਂ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਰਿਪੋਰਟ ਜਿਹੜੀ ਆ ਲੀਕੇਜ ਹੋਈ ਆ, ਔਰ ਰਿਪੋਰਟ ਹਾਲੇ ਤਿਆਰ ਨਹੀਂ ਸੀ ਹੋਈ ਕਿ ਨਵਜੋਤ ਸਿੰਘ ਸਿੱਧੂ ਉਹਦੇ ਬਾਰੇ ਜਿਹੜੀ ਉਹ ਲਾਪੇ ਬਿਆਨ ਦੇਣ ਕਿ ਇਹ ਤਾਂ ਸੁਖਵੀਰ ਜੀ ਅੰਦਰ ਜਾਣਗੇ, ਮਜੀਠੀਆ ਜੀ ਅੰਦਰ ਜਾਣਗੇ, ਹੋਰ ਵੀ ਜਿੰਨੀਆਂ ਰਿਪੋਰਟਾਂ ਆ, ਤਾਂ ਕਿ ਜੇ ਪਹਿਲਾਂ ਵੀ ਕਾਂਗਰਸ ਦੀ ਜਿਹੜੀ ਜਮਾਤ ਵਾ ਇਹਨੇ ਪੰਜਾਬ ਦੇ ਅੰਦਰ ਕੀ ਬਾਹਰ ਵੱਸਦੇ ਸਿੱਖਾਂ ਨੂੰ ਵੀ ਅਕਾਲੀਆਂ ਨੂੰ ਖਤਮ ਕਰਨ ਲਈ ਬਹੁਤ ਉਪਰਾਲੇ ਕੀਤੇ ਆ, ਅੱਜ ਵੀ ਅੰਦਰ ਖਾਤੇ ਉਹ ਤੁਸੀਂ ਤੁਹਾਨੂੰ ਯਾਦ ਹੋਣਾ ਕਿ ਜਿਹੜੇ ਲੋਕ ਅੱਜ ਬਰਗਾੜੀ ਦੇ ਵਿੱਚ ਧਾਨਾ ਲਾ ਕੇ ਬੈਠੇ ਆ, ਉਹ ਧਾਨਾ ਲਾਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਨੂੰ ਆਪ ਉਹਨੂੰ ਮਿਲਣ ਗਏ ਸੀ, ਉਹਨਾਂ ਮੀਟਿੰਗ ਕਰਕੇ ਆਏ ਆ। ਹੁਣ ਵੀ ਥੋੜ੍ਹਾ ਸਮਾਂ ਪਹਿਲਾਂ ਤ੍ਰਿਪਤ ਸੁਰਿੰਦਰ ਬਾਜਵਾ ਜੀ ਜਾ ਕੇ ਉੱਥੇ ਉਹਨਾਂ ਵਿੱਚ ਮਿਲ ਕੇ ਬੈਠ ਕੇ ਆਏ ਆ, ਉੱਥੇ ਉਹਨਾਂ ਵਾਸਤੇ ਸਾਰੇ ਜਿਹੜਾ ਪ੍ਰਬੰਧ ਵਾ ਟੈਂਟ ਦਾ, ਲੈਟਰਿਨ ਦਾ, ਲਾਈਟ ਦਾ, ਹੋਰ ਜਿਹੜੇ ਪ੍ਰਬੰਧ ਆ ਉਹ ਸਾਰੇ ਜਿਹੜੇ ਆ ਉਹ ਸਰਕਾਰ ਨੇ ਕੀਤੇ ਆ, ਔਰ ਸਰਕਾਰ ਇਸ ਗੱਲ ਤੋਂ ਵੀ ਖਾਮੋਸ਼ ਆ ਕਿ ਜਿਹੜਾ ਚੰਦਾ ਫੰਡ ਉਹਨਾਂ ਨੂੰ ਬਾਹਰ ਤੋਂ ਫੰਡਿੰਗ ਹੋ ਰਹੀ ਆ ਬਾਹਰਲੇ ਕੰਟਰੀਆਂ ਤੋਂ, ਸਰਕਾਰ ਉਹਦੇ ਵਾਸਤੇ ਕੋਈ ਇਨਕੁਆਇਰੀ ਨਹੀਂ ਕਰਾ ਰਹੀ। ਸੋ ਇਹ ਅਸਲ ਜਿਹੜੀ ਆ ਸਰਕਾਰ ਇਹ ਚਾਹੁੰਦੀ ਆ ਕਿ ਅਕਾਲੀ ਦਲ ਨੂੰ ਕਿਵੇਂ ਡਾਊਨ ਕੀਤਾ ਜਾਵੇ, ਉਹਦੀ ਲੀਡਰਸ਼ਿਪ ਨੂੰ ਕਿਵੇਂ ਬਦਨਾਮ ਕੀਤਾ ਜਾਵੇ, ਚਾਹੇ ਉਹ ਜਿਹੜੀ ਆ ਜਸਟਿਸ ਵਾਲੀ ਜਿਹੜੀ ਆ ਉਹ ਰਿਪੋਰਟ ਦੀ ਗੱਲ ਆਵੇ, ਚਾਹੇ ਕਿਸੇ ਹੋਰ ਪਾਸਿਓਂ ਇਹ ਕਰਨ, ਮੁੱਦਾ ਨਿਸ਼ਾਨਾ ਇਹਨਾਂ ਦਾ ਇਹ ਆ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਉਹ ਬਦਨਾਮ ਕਰਨਾ। ਸੋ ਲੋਕ ਇਸ ਗੱਲ ਨੂੰ ਸਮਝ ਗਏ ਆ ਕਿ ਇਹਨਾਂ ਦਾ ਨਿਸ਼ਾਨਾ ਕੀ ਆ, ਜਿਹੜੀ ਵੱਖ ਵੱਖ ਹੋਰ ਪਾਰਟੀਆਂ ਆ ਉਹਦਾ ਨਿਸ਼ਾਨਾ ਕੀ ਆ। ਸੋ ਅਸੀਂ ਇਸ ਰਿਪੋਰਟ ਨੂੰ ਜਿਹੜੀ ਬਿਲਕੁਲ ਸਿਰੇ ਤੋਂ ਨਕਾਰਦੇ ਹਾਂ, ਔਰ CBI ਕੋ ਕੇਸ ਚਲੇ ਗਿਆ। ਅਸੀਂ ਇਹ ਵੀ ਚਾਹਾਂਗੇ ਕਿ CBI ਜੋ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਉਹ ਕਰੇ। ਅਸੀਂ ਵੀ ਚਾਹੁੰਦੇ ਹਾਂ ਕਿ ਇਹ ਜਿਹੜੀ ਘਟਨਾ ਹੋਈ ਆ ਇਹਦੀ ਪੂਰੀ ਜਿਹੜੀ ਇਨਕੁਆਇਰੀ ਹੋ ਕੇ ਜਿਹੜੇ ਅਸਲ ਦੋਸ਼ੀ ਆ ਉਹ ਸਾਹਮਣੇ ਆਉਣੇ ਚਾਹੀਦੇ ਆ।